ਵਾਹ ਜਿਆਦਾ ਦੇਖ ਵਿਆਹ ਮੇਰਾ ਸ਼ੈਟ ਨਰਜੇ ਬਿਸਮਿਲ੍ਲਾ ਰਹਿਮਾਨ ਰਹੀਮ ਇਨਲਾ ਵਮਲਾਇਕਤੁਹੂ ਯੁਸੱਲੂਨਾ ਅਲੈ ਨਬੀ ਯਾ ਅਯੂਹੱਲ ਲਜ਼ੀਨਾ ਆਮਨੂ ਸੱਲੂ ਅਲੈ ਵਸੱਲਿਮੂ ਤਸਲੀਮਾ ਅਲਹੁਮਾ ਸੱਲਿ ਅਲਾ ਮੁਹੰਮਦਿਂ ਆਲਿ ਮੁਹੰਮਦ ਮੋਮਿਨੀਨ ਗੁਜ਼ਾਰਿਸ਼ ਹੈ ਮਿਹਰਬਾਨੀ ਕਰੋ ਵਕਤ ਮਜਲਿਸ ਦਾ ਸ਼ੁਰੂ ਹੈ ਅਤੇ ਤਸ਼ਰੀਫ ਲੈ ਆਓ ਜਿਹੜਾ ਜਿਹੜਾ ਕੋ ਬਾਹਰ ਅੰਦਰ ਆ ਜਾਓ ਆਓ ਜੀ ਬਿਸਮਿਲ੍ਲਾ ਅੱਛੀ ਠੀਕ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਨਾਦਿਰੀਅਨ ਮਜ਼ਹਰਲ ਅਜਾਇਬ ਵਲ ਗਰਾਇਬ ਤਜਦਹੂ ਉਨ ਲਕਫਿ ਨਵਾਇਬ ਕੁੱਲੁਹਮ ਵਗਮਿਨ ਸ਼ੈਇਨ ਜਲੀਲ ਬੇ ਅਜ਼ਮਤਿਕ ਯਾ ਅੱਲਾਹ ਬੇ ਨਬੂਵਤਿਕ ਯਾ ਮੁਹੰਮਦ ਬੇ ਵਲਾਇਤਿਕ ਯਾ ਅਲੀ ਯਾ ਅਲੀ ਯਾ ਅਲੀ ਅਦਰਿਕਨੀ ਫੀ ਸਬੀਲਿਲ੍ਲਾਹ ਵਲਾ ਤੁਖਲਿਕਨੀ ਬਾਵਾਜ਼ ਬੁਲੰਦ ਸਲਵਾਤ ਪੜੋ ਅੱਲਾਹੁਮਾ ਸਲੋ ਇੱਕ ਦਫ਼ਾ ਆਪਣੇ ਆਪਣੇ ਮਰਹੂਮਾਂ ਨੂੰ ਖੁਸ਼ ਕਰੋ ਉਹਨਾਂ ਦੇ ਦਰਜਾਤ ਦੀ ਬੁਲੰਦੀ ਵਾਸਤੇ ਬਾਵਾਜ਼ ਬੁਲੰਦ ਸਲਵਾਤ ਪੜੋ ਅੱਲਾਹੁਮਾ ਮੁਹੰਮਦ ਵਾਲ ਜਿਹੜੇ ਦੁਨੀਆ ਤੋਂ ਟੁਰ ਗਏ ਨੇ ਅਤੇ ਉਹਨਾਂ ਦੇ ਪਿੱਛੇ ਪੜ੍ਹਨ ਵਾਲਾ ਕੋ ਨਹੀਂ ਇੱਕ ਵਾਰੀ ਉਹਨਾਂ ਦੇ ਰੂਹਾਂ ਨੂੰ ਹੀ ਹਦੀਆ ਕਰੋ ਬਾਬਾ ਜੇ ਬੁਲੰਦ ਸਰਵਤ ਪੜੋ ਅੱਲਾਹੁਮਾ ਮਾਸ਼ਾ ਅੱਲਾ ਓਲਾ ਹਾਓਲਾ ਵਲਾ ਕੁਵਤਾ ਅਲੀਮ ਬਾਬਾ ਦੇ ਬੁਲੰਦ ਸਲਵਾਮਿਲ੍ਲਾਹਿਰਰਹਿਮ ਰਬਿਲ ਆਲਮੀਨ ਸਲਾਤੋ ਵ ਸਲਾਮ ਅਲਾ اشرف الانبیاء والمرسلین سونے نبی دی ذات تے سونی صلوات وکیل شبیر تے زینب دا نسلاں آباد
ਤੇ ਜਦਾਂ ਟੁਰ ਕੂਫੇ ਆਏ ਨੂੰ ਪੀਆ ਬਹੁ ਦੇਰ ਅੱਬਾਸ ਬਣੇ ਜਿਆਂ ਦੇ ਰੁਖਸਾਰ ਚੁਮੇਂਦਰ ਤੇ ਜਦਾਂ ਪਿਓ ਤੇ ਪੁੱਤਾਰ ਥੀ ਓਲੇ ਗਏ ਤੇ ਆ ਭੈਣ ਦੇ ਆਏ ਖਾਏ ਮਗੀਆ ਗਲ ਲੱਗ ਕੇ ਭੈਣ ਰੁਕਈਆ ਦੇ ਬਹੁ ਚਿਰ ਤਈ ਰੋਂਦਾ ਰਿਹਾ ਜਿੰਦਾ ਉਹ ਸਲਾਮਤ ਰਹੋ ਕੋਈ ਤੂਲ ਤਮਹੀਦ ਨਹੀਂ ਛੇ ਸ਼ਹਿਜ਼ਾਦੇ ਨੇ ਇਸ ਸੈਣ ਦੇ ਦੋ ਕਰਬਲਾ ਮਾਰੇ ਗਏ ਦੋ ਜਦੋਂ ਖੈਮਿਆਂ ਨੂੰ ਅੱਗ ਲੱਗੀ ਤੇ ਮਾਮਾ ਮਾਮਾ ਕਰਦੇ ਦਰਿਆ ਵਾਲੇ ਪਾਸੇ ਦੌੜੇ ਫਿਰ ਮਾਂ ਲੱਭਦੀ 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 ਲਾਹੌਰ ਤਾਈਂ ਆਈ ਸ਼ਾਹ ਜੀ ਹੱਦ ਮੁੱਕ ਗਈ ਆਪ ਰੁਲ ਕੇ ਇੱਥੇ ਮਰ ਗਈ ਨਾ ਪੁੱਤਰ ਮਿਲੇ ਨਾ ਪੁੱਤਰਾਂ ਦੀਆਂ ਕਬਰਾਂ ਦੇ ਨਿਸ਼ਾਨ ਮਿਲੇ ਸੈਣ ਕੁਰਸੂਮ ਰਵਾਇਤ ਕਰਦੇ ਨੇ ਕਿ ਜੇ ਕਦੀ ਹਵਾ ਨਾਲ ਵੀ ਦਰਵਾਜ਼ਾ ਹਲਦਾ ਸੀ ਨਾ ਤੇ ਆਂਦੀ ਸੀ ਵੇਖੋ ਹਮਤ ਦੇ ਦਰਵਾਜ਼ੇ ਤੇ ਮੇਰੇ ਪੁੱਤਰ ਆ ਗਏ ਹੁਣ ਬਸ ਇੱਕ ਵੈਣ ਕਰਾਂ ਦੋ ਪੁੱਤਰ ਬਾਬੇ ਦੇ ਮਸ਼ੀਰ ਬਣ ਕੇ ਕੂਫੇ ਆਏ ਜਨਾਬੇ ਮੁਸਲਮ ਦੋ ਸ਼ਹਿਜ਼ਾਦਿਆਂ ਨੂੰ ਲੈ ਕੇ ਕਾਜ਼ੀ ਸ਼ਰੀ ਦੇ ਦਰਵਾਜ਼ੇ 'ਤੇ ਆਏ ਅਦਨ ਕਾਜ਼ੀ ਸ਼ਹਿਰ ਦੇ ਹਾਲਾਤ ਤਬਦੀਲ ਹੋ ਗਏ ਤੂੰ ਮੇਰੇ ਦੋ ਪੁੱਤਰਾਂ ਨੂੰ ਕੋਲ ਰੱਖ ਕੋਸ਼ਿਸ਼ ਕਰੀ ਇਹ ਵਤਨ 'ਤੇ ਪਹੁੰਚ ਜਾਣ ਸਾਹਿਬੀ ਕਿਤਾਬ ਸ਼ਾਹ ਜੀ ਇੰਝ ਲਿਖਦਾ ਹੈ ਕਿ ਕਾਜ਼ੀ ਸ਼ਰੀ ਨੇ ਬੱਚਿਆਂ ਨੂੰ ਕੋਲ ਰੱਖਣ ਦੀ ਹਾਮੀ ਨਾ ਭਰੀ ਸਰਕਾਰੇ ਮੁਸਲਮ ਕੂਫੇ ਦੀ ਗਲੀ 'ਚ ਆਏ ਦੋਵੇਂ ਸ਼ਹਿਜ਼ਾਦਿਆਂ ਨੂੰ ਮਿੱਟੀ 'ਤੇ ਲਟਾਇਆ ਵੱਡੇ ਦਾ ਹੱਥ ਹੈ ਨਿੱਕੇ 'ਤੇ ਰੱਖਿਆ ਰੱਖ ਕੇ ਤੇ ਮੇਰਾ ਅੱਲਾ ਮੇਰਿਆਂ ਪੁੱਤਰਾਂ 'ਤੇ ਨੀਂਦਰ ਤਾਰੀ ਕਰ ਸਾਹਿਬੀ ਕਿਤਾਬ ਲਿਖਦਾ ਜੇ ਸ਼ਹੀਦ ਆਜ਼ਮ ਦੇ ਲਫ਼ਜ਼ ਨਹੀਂ ਮੁੱਕੇ ਦੋਵੇਂ ਸ਼ਹਿਜ਼ਾਦੇ ਕੂਫੇ ਦੀ ਗਲੀ 'ਚ ਸਾਂਭ ਪਏ ਟੁਰ ਗਏ ਮੁਸਲਮ ਬਸ ਰੁਲਦੇ 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 ਮਸ਼ਕੂਰ ਦੀ ਕੈਦ 'ਚ ਆ ਗਏ ਇਹ ਕਦੀ ਖਾਣਾ ਪਾਣੀ ਦੇ ਛੱਡਦਾ ਕਦੇ ਨਾ ਦਿੰਦਾ ਇੱਕ ਰਾਤ ਨੂੰ ਇਸਨੂੰ ਖਾਣਾ ਅਤੇ ਪਾਣੀ ਦੇਣਾ ਭੁੱਲ ਗਿਆ ਬਿਸਤਰ 'ਤੇ ਸੁੱਤਾ ਹੈ ਅਤੇ ਕਿਸੇ ਪਰਦਾਦਾਰ ਦੀ ਆਵਾਜ਼ ਆਈਏ ਨਾ ਪੜੋ ਅਕਲਮਾ ਤੁਸੀਂ ਆਰਾਮ ਦੇ ਬਿਸਤਰਿਆਂ 'ਤੇ ਸੁੱਤੇ ਹੋ ਮੇਰੀ ਔਲਾਦ ਜ਼ੈਦਾਨਾਂ 'ਚ ਰੁਲ ਗਈ ਨਸਲਾਂ ਆਬਾਦ ਹੋਣ ਦੇ ਉੱਠਿਆ ਤੇ ਵਹਿਮ ਸਮਝ ਕੇ ਫਿਰ ਸਮ ਗਏ ਫਿਰ ਆਵਾਜ਼ ਆਈ ਤੁਹਾਡੇ ਨੂੰ ਈਸਾਈ ਚੰਗੇ ਜਿਨ੍ਹਾਂ ਮੇਰਾ ਹਯਾ ਕੀਤਾ ਉਹ ਮੇਰੇ ਪੁੱਤਰ ਜ਼ੈਦਾਨ 'ਚ ਪਾਣੀ ਪੇ ਮੰਗਦੇ ਸਮਝ ਆ ਗਈ ਉੱਠਿਆ ਤੇ ਪਾਣੀ 'ਚ ਆਇਆ ਜ਼ਿੰਦਾਨ ਦੇ ਪਾਸੇ ਦੌੜ ਪਏ ਜਦੋਂ ਜ਼ਿੰਦਾਨ ਦੇ ਦਰਵਾਜ਼ੇ 'ਤੇ ਆਏ ਤਾਂ ਸੱਯਦ ਉਹ ਸਾਰੇ ਹਾਈ ਕਰਿਆ ਵੱਡਾ ਸ਼ਹਿਜ਼ਾਦਾ ਦੀਵਾਰਾਂ ਨਾਲ ਟੱਕਰਾਂ ਮਾਰ ਕੇ ਪਿਆ ਦਿਆ ਉਹ ਕੁਛ ਸੁਣਦਾ ਅਤੇ ਆਓ ਮੇਰਾ ਤੱਸਾ ਮਰ ਗਿਆ ਹੈ ਉਹ ਮੇਰਾ ਪਾਣੀ ਮੰਗਦਾ ਮਰ ਗਿਆ ਹੈ ਕਹਿੰਦਾ ਲੈ ਪਾਣੀ ਪੀ
ਆਦੇ ਅੱਗ ਲਾ ਪਾਣੀਆਂ ਨੂੰ ਮੇਰਾ ਪਾਣੀ ਮੰਗਦਾ ਟੁਰ ਗਿਆ ਹੈ। ਆਂਦੇ ਤੂੰ ਵੱਖਰੀ ਕਾਇਦੇ 'ਚ, ਤੇਰਾ ਵੀਰ ਵੱਖਰੀ ਕਾਇਦੇ 'ਚ, ਤਿੰਨ ਕਿਵੇਂ ਪਤਾ ਲੱਗ ਗਿਆ ਤੇਰਾ ਕਾਇਦਾਂ ਦਾ ਸੰਗਤੀ ਟੁਰ ਗਿਆ ਹੈ। ਆਦੇ ਦੀਵਾਰ ਦੇ ਸੁਰਾਖ ਨਾ ਬਹਿ ਕੇ ਅਸੀਂ ਗੱਲਾਂ ਕਰਦੇ ਹਾਂ, ਕਦੇ ਆਂਦਾ ਬਾਬਾ ਡਾਡਾ ਯਾਦ ਆਇਆ, ਕਦੇ ਆਂਦਾ ਮਾਂ ਤੂੰ ਦਿਲ ਉੱਧਰ ਗਿਆ ਹੈ। ਅੱਜ ਜ਼ੁਹਰੈਨ ਦੀਆਂ ਨਮਾਜ਼ਾਂ ਤੋਂ ਬਾਅਦ ਆਦੇ ਅੰਮਾ ਮਿੰਤਰੇ ਖਾ ਗਈ ਹੈ, ਅੰਮਾ ਮੈਂ ਡਾਡਾ ਤੱਸਾਂ, ਫਿਰ ਮੈਂ ਬੁਲਾਉਂਦਾ ਰਿਹਾ ਅਤੇ ਬੋਲਦਾ ਨਹੀਂ। ਇਸ ਜ਼ਿੰਦਾਨ ਦਾ ਦਰਵਾਜ਼ਾ ਖੋਲ੍ਹਿਆ, ਨਬਜ਼ 'ਤੇ ਹੱਥ ਰੱਖਿਆ, ਇੰਝ ਸੁੱਤਾ ਏ ਜਿਵੇਂ ਬੇਵਾਰਸ ਸਮਦੇ। ਅਤੇ ਨਾ ਪਰੇਸ਼ਾਨ ਹੋ, ਤੇਰਾ ਵੀਰ ਜ਼ਿੰਦਾ, ਆ ਰਲ ਕੇ ਕੋਸ਼ਿਸ਼ ਜਗਾਉਂਦੇ ਹਾਂ। ਕਦੇ ਸੱਜੇ ਮੂੰਹ ਰੁਖਸਾਰ 'ਤੇ ਬੋਸਾ ਦਿੰਦਾ, ਕਦੇ ਖੱਬੇ ਰੁਖਸਾਰ 'ਤੇ ਬੋਸਾ ਦਿੰਦਾ। ਜਾਗੋ ਮੇਰਾ ਕੈਦਾਂ ਦਾ ਸੰਗਤੀ, ਜਾਗੋ ਮੇਰਾ ਰੁੱਲ ਗਿਆ ਵੀਰ, ਜਾਗੋ ਮਾਂ ਪਾਰਤਾਂ ਕੀਤੀਆਂ, ਸ਼ਹਿਜ਼ਾਦਾ ਨਹੀਂ ਬੋਲਿਆ। ਮਸ਼ਕੂਰ ਪਰੇਸ਼ਾਨ ਹੋ ਕਹਿੰਦਾ, ਜਦੋਂ ਵਤਨ 'ਤੇ ਸਮਦਾ ਅਤੇ ਕੌਣ ਜਗਾਉਂਦਾ। ਹੁਣ ਸੈਦ ਉਹ ਮਿੰਨਤ ਪਿਆ ਕਰਨਾ, ਇੱਕ ਵਾਰੀ ਹਾਏ ਜ਼ਰੂਰ ਕਰਿਆ। ਅਦੇ ਨਾ ਰਵਾ ਪਰਦੇਸ ਹੈ, ਜਦੋਂ ਵਤਨ 'ਤੇ ਸਮਦਾ ਅਤੇ ਮੇਰੀ ਮਾਂ ਜਗਾਉਂਦੀ ਆਏ, ਮੇਰੀਆਂ ਭੈਣਾਂ ਜਗਾਉਂਦੀਆਂ। ਅਦੇ ਨਾ ਪਰੇਸ਼ਾਨ ਹੋ, ਮੇਰੀਆਂ ਦੋ ਧੀਆਂ ਨੇ, ਮੇਰੀ ਬੀਵੀ ਹੈ, ਮੈਂ ਲੈ ਕੇ ਆਉਂਦਾ। ਦੌੜਦਾ ਗਿਆ, ਆਦੇ ਆ ਜੰਨਤ ਮੁਫਤ ਵੀ ਮਿਲਦੀ ਆ। ਛੋਟੇ ਸ਼ਹਿਜ਼ਾਦੇ ਨੂੰ ਬੁਖਾਰ ਹੈ, ਮਾਂ ਬਣ ਕੇ ਜਗਾਈ, ਬੁਰਕਾ ਪਾਉਣ ਲੱਗੀ ਹੈ। ਆਦੇ ਅਗਲਾ ਬੁਰਕਿਆਂ ਨੂੰ, ਇੱਕ 5 ਸਾਲ ਦਾ ਹੈ, ਇੱਕ 7 ਸਾਲ ਦਾ ਹੈ, ਦੋਵੇਂ ਟੁਰਨ ਲੱਗੇ ਨਸ਼ਾ ਜੀ। ਛੋਟੀਆਂ ਛੋਟੀਆਂ ਦੋ ਬੱਚੀਆਂ ਮਸ਼ਕੂਰ ਦੀਆਂ ਨੇ, ਅਸਾਂ ਵੀ ਨਾਲ ਜਾਣਾ। ਆਦੇ ਤੁਸਾਂ ਕੀ ਕਰਸੋ? ਰੋ ਕੇ ਕਹਿੰਦੇ, ਅੰਮਾ ਮਾਂ ਬਣ ਕੇ ਜਗਾਏਗੀ, ਅਸੀਂ ਭੈਣਾਂ ਬਣ ਕੇ ਜਗਾਉਂਦੀਆਂ। ਛੋਟਾ ਜਿਹਾ ਕਾਫਲਾ ਜ਼ਿੰਦਾਨ ਦੇ ਦਰਵਾਜ਼ੇ 'ਤੇ ਆਏ, ਮਸ਼ਕੂਰ ਦਰਵਾਜ਼ਾ ਖੋਲ੍ਹਿਆ। ਹੁਣ ਮਸ਼ਕੂਰ ਦੀ ਜ਼ਾਲਤ ਦੀ, ਤੂੰ ਬਾਹਰ ਰੁੱਕ ਜਾ, ਮਤੇ ਤੇਰੇ ਤੋਂ ਡਰ ਜਾ। ਕਹਿੰਦਾ, ਨਹੀਂ ਮੇਰੇ ਤੋਂ ਨਹੀਂ ਡਰਦੇ, ਮੈਂ ਰੋਜ਼ ਆਉਣਾ, ਅਤੇ ਫਿਰ ਤੂੰ ਅੰਦਰ ਕੀ ਕਰਨ ਆਉਣਾ? ਰੋ ਕੇ ਕਹਿੰਦਾ, ਇਸ ਵਾਤੇ ਪਿਆ ਆਉਣਾ, ਮੈਂ ਵੇਖਣਾ ਜਦੋਂ ਬੇਵਾਰਸਾਂ ਨੂੰ ਮੁਹੱਬਤ ਮਿਲਦੀ ਹੈ ਤਾਂ ਫਿਰ ਜਾਗਦੇ ਕਿਵੇਂ ਨੇ। ਉਹ ਮੌਲਾ ਤੁਹਾਡੀਆਂ ਨਸਲਾਂ ਆਬਾਦ ਰੱਖੇ। ਮਸ਼ਕੂਰ ਦੀ ਜ਼ਾਲ ਜਵੇਦ ਅੰਦਰ ਆਈ, ਸ਼ਹਿਜ਼ਾਦੇ ਦਾ ਸਾਰ ਝੋਲੀ 'ਚ ਪਾਇਆ, ਮੁੱਦ ਦੀਆਂ ਰੁਲੀਆਂ ਜ਼ੁਲਫਾਂ ਦਰੁਸਤ ਕੀਤੀਆਂ, ਜ਼ਖਮੀ ਮੱਥੇ 'ਤੇ ਬੋਸਾ ਦਿੱਤਾ, ਅਤੇ ਆਦੀ ਜਾ ਗਵੇ ਮਾਂ ਮਿਲਣ ਆਈ। ਸ਼ਹਿਜ਼ਾਦਾ ਨਹੀਂ ਬੋਲਿਆ, ਜਿਵੇਂ ਮਸ਼ਕੂਰ ਦੀਆਂ ਦਹੀਆਂ ਬੈਠੀਆਂ, ਵੱਡੀ ਧੀ ਸੱਜੀ ਤਲੀ ਝੋਲੀ 'ਚ ਪਾ ਕੇ ਬੋਸਾ ਦੇ ਕੇ ਰੋ ਕੇ ਆਂਦੀ, ਜਾ ਕੇ ਭੈਣ ਈਦ ਮੰਗਣ ਆਈ। ਇੰਜ ਉੱਠੀਏ ਜਿਵੇਂ ਪੱਖੀ ਨੂੰ ਗਦ ਲੱਗਦਾ ਏ, ਮਸ਼ਕੂਰ ਦੀ ਦਾਲ ਦੇ ਗੱਲ 'ਚ ਬਈ ਪਾ ਕੇ ਆਂਦੇ, ਅੰਮਾ ਉਦੋਂ ਆਈਏ ਜਦਾਂ ਬਚੜੇ ਰੁੱਲ ਗਏ, ਸਾਡਾ ਬਾਬਾ ਮਾਰਿਆ ਗਿਆ, ਅਸੀਂ ਯਤੀਮ ਹੋ ਗਈਆਂ। ਚਿਰਾਗ ਦੀ ਮੱਧਮ ਰੋਸ਼ਨੀ ਚਿਹਰਾ ਪਹਿਚਾਣ ਗਿਆ, ਤੇ ਮਾਫ਼ ਕਰੀ ਤਿੰਨ ਅੰਮਾ ਆਖ ਬੈਠਾ। ਆਦਿ ਕਿਸ ਖਾਨਦਾਨ ਦੇ ਹੋ? ਮਾਂ ਆਖਣ ਤੋਂ ਡਰਦੇ ਹੋ? ਰੋ ਕੇ ਆਂਦਾ, ਨਹੀਂ ਦੱਸਣਾ, ਜਿਹਨੂੰ ਦੱਸਦੇ ਆ ਉਹ ਜ਼ੁਲਮ ਕਰੇਂਦਾ ਏ। ਆਦਿ ਅੱਲਾ ਦੀ ਕਸਮੇ ਕੁਝ ਨਹੀਂ, ਆਦਿ ਇਬਰਾਹੀਮ ਦੇ ਜੇਸੀ ਮਾਰਿਆ ਏ, ਕਸਮਾਂ ਛਾ ਕੇ ਮਾਰਿਆ ਏ, ਕਸਮ ਤਬਦੀਲ ਕਰ ਕੋਈ ਹੋਰ ਕਸਮ ਛਾ। ਉਸਨੇ ਮਸ਼ਕੂਰ ਦੀ ਜ਼ਾਲਾ ਦੀ ਗਾਜ਼ੀ ਦੀ ਕਸਮੇ ਕੁਝ ਨਹੀਂ ਆਦੀ, ਮੁਹੰਮਦ ਗੱਲ ਆ ਕੇ ਦਾ ਜੀ ਦੀਆਂ ਕਸਮਾਂ ਪਿੱਛੇ ਨੀਏ, ਉਹਦੇ ਸੱਕੇ ਬਣੇ ਆ।